गुरदासपुर सिविल लाइन नूं कीता गया सील। रेलवे रोड उत्ते स्थित BSF हैडक्वार्टर दे नज़दीक रहण वाला शहर दा एक बहुत वड्डा कपड़ा व्यापारी अमृतसर विच कोविड-19 पॉजिटिव पाया गया, जिस दे चलदे मौके ते पहुंचे तहसीलदार ते प्रशासन वल्लों उक्त रोड नूं सील कर दिता गया। ਜੇ ਸਾਡੇ ਇੱਕ ਨਾ ਇੱਥੇ ਅਸ਼ੋਕ ਮਹਾਜਨ ਜੀ ਸੀਗੇ, ਇਹਨਾਂ ਦਾ ਕੇਸ ਜਿਹੜਾ ਵਾ ਉਹ ਪੋਜ਼ਿਟਿਵ ਪਾਇਆ ਗਿਆ ਵਾ। ਉਸ ਵਾਸਤੇ ਅਸੀਂ ਜਿਹੜਾ ਇਤਿਹਾਸ ਦੇ ਤੌਰ 'ਤੇ ਇਹ ਏਰੀਆ ਸੀਲ ਕੀਤਾ ਵਾ। ਹੁਣ ਅਸੀਂ ਇਹਨਾਂ ਦੀ ਜਿਹੜੀ ਆ ਉਹ ਕੰਟੈਕਟ ਹਿਸਟਰੀ ਟਰੇਸ ਕਰਨ ਜਾ ਰਹੇ ਹਾਂ ਵੀ ਇਹ ਜਿਹੜੀ ਆ ਇਹ ਪ੍ਰੋਬਲਮ ਕਿਉਂ ਹੋਈ, ਕਿੱਥੋਂ ਆਈ, ਤਾਂ ਕਿ ਜਿਹੜਾ ਵਾ ਬਾਕੀਆਂ ਦਾ ਅਸੀਂ ਉਹਨਾਂ ਨੂੰ ਕੁਆਰੰਟਾਈਨ ਕਰਕੇ ਅਤੇ ਉਹਨਾਂ ਦਾ ਅਸੀਂ ਜਿਹੜਾ ਵਾ ਬਚਾਅ ਕਰ ਸਕੀਏ। ਅਤੇ ਇਸ ਫੈਮਿਲੀ ਵਾਲਿਆਂ ਨੂੰ ਵੀ ਇਹੋ ਰਿਕੁਐਸਟ ਕਰਦੇ ਹਾਂ ਕਿ ਬੜੇ ਸਿੰਸੀਅਰਟੀ ਤੌਰ ਨਾਲ ਜਿਹੜਾ ਵਾ ਸਾਨੂੰ ਸਾਰੇ ਕੰਟੈਕਟ ਜਿਹੜੇ ਦੱਸਣ, ਇਹ ਇਹਨਾਂ ਦੇ ਹਿੱਤ ਵਾਸਤੇ ਅਤੇ ਸਾਡੇ ਲੋਕ ਹਿੱਤ ਵਾਸਤੇ ਆ। ਅਤੇ ਤੁਸੀਂ ਵੀ ਇਹਨਾਂ ਨੂੰ ਇਸ ਚੀਜ਼ ਬਾਰੇ ਜਾਣਾ, ਤੁਸੀਂ ਹੁਣ ਜਾ ਕੇ ਅਤੇ ਇਹਨਾਂ ਨੂੰ ਸਮਝਾਓ ਕਿ ਕੰਟੈਕਟ ਟਰੇਸਿੰਗ ਕਰਨ 'ਚ ਸਾਡੀ ਮਦਦ ਕਰਨ, ਤਾਂ ਜੋ ਜਿਹੜਾ ਵਾ ਉਹ ਗੁਰਦਾਸਪੁਰ ਵਾਸੀਆਂ ਦਾ ਬਾਕੀਆਂ ਦਾ ਵੀ ਅਸੀਂ ਜਿਹੜਾ ਕਿਸੇ ਦੀ ਕੋਈ ਮੁਸ਼ਕਲ ਹੈਗੀ ਹੈ ਤਾਂ ਉਹ ਠੀਕ ਕਰ ਸਕਦੇ। ਇਹ EMC ਦਾਖਲ ਨੇ ਜੀ, ਇਹਨਾਂ ਦਾ ਟੈਸਟ ਜਿਹੜਾ ਸੀਗਾ ਕੱਲ੍ਹ ਲਿਆ ਗਿਆ ਸੀਗਾ ਸੈਂਪਲ ਇਹਨਾਂ ਦੇ, ਅਤੇ ਅੱਜ ਜਿਹੜੇ ਆ ਉਹ 5:30 ਵਜੇ ਰਿਪੋਰਟ ਆਈ। ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਦਾ TV NRI।